असल वालेकम जी अदील संधु अच्छा दोस्तों काफ़ी सारे दोस्त हजार कह रहे सन कि अपना जेड ट्रैक्टर बुकिंग करवाई हुई है वो प्राइस ही इजाफा का या नहीं होएगा पुराने रेट से सामने का अगे भी काफ़ी सारा इस तरह हो चुके कि जेडे ट्रैक्टर बुक होने फिर दोबारा अगर कीमत तो दोबारा तो कह लग पे जी पैसे होर दो ठीक है जी ਉਹ ਦੋਸਤ ਕਹਿ ਰਹੇ ਸਨ ਕਿ ਹੋਰ ਪੈਸੇ ਦੇਣੇ ਪੈਣਗੇ ਜਾਂ ਇਸੇ ਐਸਿਆਂ ਦੇ ਵਿੱਚ ਜਿਹੜਾ ਪਹਿਲੇ ਤੋਂ ਬੁਕਿੰਗ ਹੋ ਚੁੱਕੀ ਹੈ ਪਹਿਲੇ ਜਿਹੜਾ 85 ਦਾ ਰੇਟ ਸੀ 32,11,000 ਰੁਪਏ ਉਸੇ ਰੇਟ 'ਤੇ ਸਾਨੂੰ ਟਰੈਕਟਰ ਮਿਲੇਗਾ ਜਾਂ ਨਵੇਂ ਰੇਟ 'ਤੇ ਮਿਲੇਗਾ ਦੇਖੋ ਦੋਸਤੋ ਲਿਸਟ ਦੇ ਉੱਤੇ ਉਹਨਾਂ ਸਾਫ਼ ਕਲੀਅਰ ਕੀਤਾ ਵੇ ਕਿ ਜਿਹੜੇ ਟਰੈਕਟਰ ਪਹਿਲੇ ਬੁੱਕ ਹੋ ਚੁੱਕੇ ਨੇ ਕੀਮਤਾਂ ਵਧਣ ਤੋਂ ਪਹਿਲੇ 5 ਤਰੀਕ ਨੂੰ ਮੇਰੇ ਖਿਆਲ ਯਾ 26 ਤਰੀਕ ਨੂੰ ਕੀਮਤਾਂ ਵਧੀਆਂ ਸਨ ਜਿਹੜੇ ਡਾਇਰੈਕਟਰ ਪਹਿਲੇ ਤੋਂ ਬੁੱਕ ਹੋ ਚੁੱਕੇ ਨੇ ਠੀਕ ਹੈ ਜੀ ਉਹਦੀਆਂ ਕੀਮਤਾਂ ਜਿਹੜੀਆਂ ਉਹ ਨਹੀਂ ਵਤਣਗੀਆਂ ਜਿਹੜੇ ਦੁਬਾਰਾ ਨੇ ਜਿਹੜੇ ਡਾਇਰੈਕਟਰ ਨੇ ਉਹ ਬੁੱਕ ਹੋਣਗੇ ਠੀਕ ਹੈ ਇਸ ਤਰ੍ਹਾਂ ਹੁਣ ਨਵੇਂ ਦੀ ਮੇਰੇ ਖਿਆਲ 35 ਲੱਖ ਕੁਝ ਹਜ਼ਾਰ ਰੁਪਏ ਵੇ ਠੀਕ ਹੈ ਜੀ ਉਹ ਅਗਰ ਬੁੱਕ ਹੋਣਗੇ ਤੇ ਉਹਦੀ ਜਿਹੜੀ علیحدਦਾ ਜਿਹੜੀ ਬੁਕਿੰਗ ਰੇਟ ਹੈ ਉਹ ਤੁਹਾਨੂੰ ਉਸੇ ਮਿਲੇਗਾ ਠੀਕ ਹੈ 35 ਲੱਖ ਕੁਝ ਹਜ਼ਾਰ ਰੁਪਏ ਠੀਕ ਹੈ ਅਗਰ ਤੁਸੀਂ ਪੁਰਾਣੇ ਰੇਟ ਤੇ ਪੁਰਾਣੀ ਬੁਕਿੰਗ ਕਰਾਈਏ ਤੇ ਉਹ ਉਹਦੇ ਚ ਤੁਹਾਨੂੰ ਕੋਈ ਚਾਰजेस ਨਹੀਂ ਮਿਲਣਗੇ ਠੀਕ ਹੈ ਕੋਈ ਤੁਹਾਨੂੰ ਅਲਾਇਦਤ ਪੈਸੇ ਨਹੀਂ ਦੇਣੇ ਪੈਣਗੇ ਜਿਹੜੇ ਰੇਟ ਤੇ ਪਹਿਲੇ ਬੁਕਿੰਗ ਹੋ ਚੁੱਕੀ ਹੈ ਉਸ ਰੇਟ ਤੇ ਤੁਹਾਨੂੰ ਟਰੈਕਟਰ ਜਿਹੜਾ ਵੀ ਉਹ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਬਾਕੀ ਕੋਈ ਐਡੀ ਖਾਸ ਇਸ਼ੂ ਵਾਲੀ ਗੱਲ ਨਹੀਂ ਹੈਗੀ ਬਾਕੀ ਫਿਲਹਾਲ ਟਰੈਕਟਰ ਦੀ ਪ੍ਰਾਈਸ ਦੀ وجہ ਤੋਂ ਮਾਰਕੀਟ ਬਹੁਤ ਜਿਹੜਾ ਨੇ ਹਲਾਡ ਹੋਣ ਕਿਉਂਕਿ ਬਹੁਤ ਜ਼ਿਆਦਾ ਲੈਣੇ ਮੁਸ਼ਕਲ ਆ ਜੀ ਕਲ ਟਰੈਕਟਰ ਜਿਹੜੇ ਪੁਰਾਣੇ ਲੈਣੇ ਮੁਸ਼ਕਲ ਨੇ ਨਵੇਂ ਕੀ ਲੈਣੇ ਨੇ ਕਿਸਨ ਠੀਕ ਹੈ ਬਾਕੀ ਵੀਡੀਓ ਪਸੰਦ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ